ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਭਗਤ ਕਬੀਰ ਜੀ ਦੀ ਸ਼ੋਭਾ ਨੂੰ ਸੁਣ ਕੇ ਮੁੱਲਾ ਮੁਲਾਣੇ ਵੀ ਕਬੀਰ ਜੀ ਨੂੰ ਮਿਲਣ ਲਈ ਆਏ। ਉਹ ਕਹਿਣ ਲੱਗੇ ਕਿ ਤੁਸੀਂ ਮੁਸਲਮਾਨ ਬਣ ਜਾਓ, ਪਰ ਭਗਤ ਕਬੀਰ ਜੀ ਨੂੰ ਉਸ ਰੱਬ ਉੱਤੇ ਇੰਨਾ ਯਕੀਨ ਹੋ ਗਿਆ ਸੀ ਕਿ ਉਸਨੇ ਮੁੱਲਾ ਮੁਲਾਣਿਆਂ ਨੂੰ ਸੱਚੀਆਂ ਗੱਲਾਂ ਆਖ ਸੁਣਾਈਆਂ ਅਤੇ ਉਹਨਾਂ ਨੂੰ ਨਿਰਾਸ਼ ਕਰਕੇ ਭੇਜ ਦਿੱਤਾ ਕਿ ਜੇ ਤੁਸੀਂ ਆਦਮੀ ਸੁੰਨਤ ਕਰਦੇ ਹੋ ਤਾਂ ਔਰਤ ਦਾ ਕੀ ਕਰਦੇ ਹੋ? ਔਰਤ ਦੀ ਸੁੰਨਤ ਬਗੈਰ ਤੁਹਾਡੀ ਸੁੰਨਤ ਕਿਸ ਕੰਮ? ਤੁਹਾਡੀ ਸੁੰਨਤ ਔਰਤ ਦੀ ਸੁੰਨਤ ਨਾ ਹੋਣ ਕਰਕੇ ਜਦੋਂ ਤੁਸੀਂ ਬੇਸੁੰਨਤੀ ਨਾਲ ਅਭੇਦ ਹੁੰਦੇ ਹੋ ਤਾਂ ਤੁਹਾਡੀ ਸੁੰਨਤ ਕਿੱਥੇ ਰਹਿ ਗਈ? ਮੁੱਲਾ ਮੁਲਾਣੇ ਨੇ ਭਗਤ ਕਬੀਰ ਜੀ ਦੇ ਵਿਰੋਧ ਰੌਲਾ ਪਾਉਣ ਲੱਗਾ ਕਿ ਇਹ ਸਾਡੀ ਸ਼ਰ੍ਹਾ ਦੇ ਉਲਟ ਬੋਲਦੇ ਹਨ, ਇਹਨਾਂ ਨੂੰ ਫਤਵਾ ਲਾਉਣਾ ਚਾਹੀਦਾ ਹੈ। ਰਾਜ ਮੁਸਲਮਾਨੀ ਸੀ। ਮੁੱਲਾ ਜਦੋਂ ਕਬੀਰ ਜੀ ਦੇ ਵਿਰੁੱਧ ਹੋਇਆ ਤਾਂ ਪੰਡਿਤ ਨੇ ਵੀ ਉਹਨਾਂ ਦਾ ਸਾਥ ਦਿੱਤਾ ਕਿ ਕਬੀਰ ਦੋਨਾਂ ਧਰਮਾਂ ਦੀ ਨਿੰਦਿਆ ਕਰਦਾ ਹੈ। ਝੱਟ ਹੀ ਸ਼ਾਹੀ ਫੁਰਮਾਨ ਜਾਰੀ ਹੋ ਗਏ। ਕਬੀਰ ਜੀ ਨੂੰ ਗ੍ਰਿਫਤਾਰ ਕਰਕੇ ਸ਼ਾਹੀ ਕਾਜੀ ਦੇ ਪੇਸ਼ ਕੀਤਾ। ਕਾਜੀ ਨੇ ਭਗਤ ਕਬੀਰ ਜੀ ਨੂੰ ਕਿਹਾ ਕਿ ਤੂੰ ਮੁਸਲਮਾਨ ਹੋ ਕੇ ਸ਼ਰ੍ਹਾਂ ਦੀ ਨਿੰਦਿਆ ਕਰਦਾ ਹੈ, ਕੀ ਵਜ੍ਹਾ ਹੈ? ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਨਾ ਮੈਂ ਮੁਸਲਮਾਨ ਹਾਂ ਅਤੇ ਨਾ ਮੇਰੀ ਕੋਈ ਸ਼ਰ੍ਹਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਪੰਡਿਤ ਅਤੇ ਮੁੱਲਾ ਨੇ ਕਿਹਾ ਕਿ ਭਗਤ ਕਬੀਰ ਜੀ ਕਿਸੇ ਨੂੰ ਕੁਝ ਨਹੀਂ ਸਮਝਦਾ। ਸ਼ਰਈ ਕਾਜੀ ਨੂੰ ਇਹ ਸਾਰੀ ਹਕੀਕਤ ਇਸੇ ਗੱਲ ਤੋਂ ਸਾਫ਼ ਹੀ ਦਿਸ ਪਈ। ਉਸਨੇ ਬਾਦਸ਼ਾਹੀ ਰੋਗ ਦੇਖ ਕੇ ਕਿਹਾ ਕਿ ਤੂੰ ਐਸਾ ਨਹੀਂ ਕਰ ਸਕਦਾ, ਮੇਰਾ ਪ੍ਰਭੂ ਮੈਥੋਂ ਜੋ ਕਰਵਾਏਗਾ ਮੈਂ ਕਰਾਂਗਾ, ਜੋ ਅਖਵਾਏਗਾ ਉਹੀ ਕੁਝ ਆਖਾਂਗਾ। ਹੇ ਕਾਜੀ, ਮੇਰਾ ਪ੍ਰਭੂ ਸੱਚਾ ਹੈ, ਉਹ ਸਭ ਦਾ ਹੈ, ਪਰ ਤੁਸੀਂ ਹਕੂਮਤ ਦੇ ਨਸ਼ੇ ਵਿੱਚ ਉਸਨੂੰ ਭੁੱਲ ਗਏ ਹੋ। ਨਾ ਪੰਡਿਤਾਂ ਨੂੰ ਸੱਚ ਦਾ ਕੋਈ ਖਿਆਲ ਹੈ ਅਤੇ ਨਾ ਤੁਹਾਨੂੰ ਸੱਚ ਦਾ ਕੋਈ ਖਿਆਲ ਹੈ। ਇੰਨੀ ਦ੍ਰਿੜਤਾ ਅਤੇ ਨਿਡਰਤਾ ਸੱਚੇ ਭਗਤ ਹੀ ਦਿਖਾ ਸਕਦੇ ਹਨ। ਉਹਨਾਂ ਨੂੰ ਆਪਣੇ ਪ੍ਰਭੂ ਦਾ ਮਾਣ ਹੁੰਦਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ। ਕਾਜੀ ਕਬੀਰ ਜੀ ਦੇ ਸ਼ਬਦ ਸੁਣਦਾ ਹੀ ਅੱਗ ਬਬੂਕਾ ਹੋ ਗਿਆ। ਉਸਨੇ ਹੁਕਮ ਦਿੱਤਾ ਕਿ ਕਬੀਰ ਜੀ ਦੀਆਂ ਮੁਸ਼ਕਾਂ ਬੰਨ ਕੇ ਹਾਥੀ ਦੇ ਪੈਰਾਂ ਹੇਠ ਲਿਤਾੜ ਕੇ ਇਸਨੂੰ ਮਾਰ ਦਿਓ। ਕਬੀਰ ਜੀ ਕੈਦ ਤਾਂ ਅੱਗੇ ਹੀ ਸਨ, ਪਰ ਹੁਣ ਮੁਸ਼ਕਾਂ ਬੰਨ ਕੇ ਪੋਟਲੀ ਵਾਂਗ ਬੰਨ ਕੇ ਹਾਥੀ ਅੱਗੇ ਸੁੱਟ ਦਿੱਤਾ। ਕਾਜੀ ਨੇ ਮੁਹਾਵਤ ਨੂੰ ਹੁਕਮ ਦਿੱਤਾ ਕਿ ਇਸ ਨੂੰ ਹਾਥੀ ਦੇ ਪੈਰਾਂ ਹੇਠ ਦਲ ਮਲ ਦੇ। ਰਾਗ ਗੌਂਡ ਵਿੱਚ ਭਗਤ ਕਬੀਰ ਜੀ ਨੇ ਆਪ ਇਸ ਵਾਰਤਾ ਨੂੰ ਲਿਖਿਆ ਹੈ। ਪੂਜਾ ਬਾਂਧ ਪਿਲਾ ਕਰ ਡਰਿਓ, ਹਸਤੀ ਕਰੋਪ ਮੂੰਡ ਮਹਿ ਮਰਿਓ, ਹਸਤ ਪਾ ਕੇ ਚੀਸਾ ਮਾਰੇ, ਇਉਂ ਮੂਰਤ ਕੇ ਹੋ ਬਲਿਹਾਰੇ, ਅਤ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬੈਕਬੋ ਹਸਤੀ ਤੋਰ। ਭਾਵ ਮੇਰੀਆਂ ਮੁਸ਼ਕਾਂ ਬੰਨ ਕੇ
ਗੁੱਛਾ ਮੁੱਛਾ ਕਰਕੇ ਹਾਥੀ ਅੱਗੇ ਸੁੱਟ ਦਿੱਤਾ ਅਤੇ ਮਹਾਵਤ ਨੇ ਹੁਕਮ ਸੁਣਦੇ ਹੀ ਹਾਥੀ ਦੇ ਸਿਰ ਵਿੱਚ ਖੁੰਡਾ ਮਾਰਿਆ ਕਿ ਉਹ ਝੱਟ ਪੱਟ ਅੱਗੇ ਤੁਰੇ। ਪਰ ਹਾਥੀ ਜਿਉਂ ਹੀ ਅੱਗੇ ਭਗਤ ਕਬੀਰ ਜੀ ਨੂੰ ਪਿਆ ਦੇਖਿਆ ਤਾਂ ਹਾਥੀ ਸਾਹਮਣੇ ਕਬੀਰ ਜੀ ਵੱਲ ਜਾਣ ਦੀ ਬਜਾਏ ਇੱਧਰ ਉੱਧਰ ਦੌੜ ਕੇ ਚੀਕਾਂ ਮਾਰਨ ਲੱਗਾ, ਜਿਸ ਦਾ ਮਤਲਬ ਹਾਥੀ ਕਹਿੰਦਾ ਸੀ ਕਿ ਮੈਂ ਇਸ ਮੂਰਤੀ ਕਬੀਰ ਜੀ ਦੇ ਬਲਿਹਾਰ ਜਾਂਦਾ ਹਾਂ। ਪਰ ਕਬੀਰ ਜੀ ਕਹਿੰਦੇ ਹਨ, ਅਸਾਂ ਉਸ ਵੇਲੇ ਪ੍ਰਭੂ ਨੂੰ ਯਾਦ ਕੀਤਾ ਹੈ। ਹੇ ਪ੍ਰਭੂ, ਮੇਰੇ ਕੋਲ ਤਾਂ ਆਸਰਾ ਇੱਕ ਤੁਹਾਡੇ ਹੀ ਜ਼ੋਰ ਦਾ ਹੈ, ਭਾਵ ਤੁਹਾਡਾ ਹੀ ਆਸਰਾ ਹੈ। ਦੂਜੇ ਪਾਸੇ ਮਹਾਵਤ ਨੂੰ ਕਾਜੀ ਰੋਪ ਨਾਲ ਹਾਥੀ ਨੂੰ ਕਬੀਰ ਜੀ ਦੇ ਵੱਲ ਤੋਰਨ ਲਈ ਕਹਿ ਰਿਹਾ ਸੀ। ਫਿਰ ਕੀ ਹੋਇਆ? ਕਾਜੀ ਕਹਿ ਰਿਹਾ ਸੀ, ਓਏ ਮਹਾਵਤ, ਤੂੰ ਕੋਈ ਵੱਡੀ ਤਾਂ ਨਹੀਂ ਖਾ ਲਈ? ਯਾਦ ਰੱਖ, ਤੈਨੂੰ ਕਤਲ ਕਰਵਾ ਦਿਆਂਗਾ, ਨਹੀਂ ਤਾਂ ਹਾਥੀ ਨੂੰ ਤੋਰ ਕੇ ਕਬੀਰ ਜੀ ਦੇ ਉੱਤੇ ਹਮਲਾ ਕਰਵਾ। ਕਾਜੀ ਦੇ ਜ਼ੋਰ ਦੇਣ 'ਤੇ ਮਹਾਵਤ ਸਾਰਾ ਜ਼ੋਰ ਲਾਉਂਦਾ ਹੈ, ਪਰ ਹਾਥੀ ਨਹੀਂ ਤੁਰਦਾ, ਕਿਉਂਕਿ ਉਸ ਦੇ ਅੰਦਰ ਵੀ ਤਾਂ ਉਸੇ ਪ੍ਰਭੂ ਦੀ ਜੋਤ ਹੀ ਸੀ ਜੋ ਕਬੀਰ ਜੀ ਦੀ ਰਾਖੀ ਕਰ ਰਹੀ ਸੀ। ਕਾਜੀ ਨੇ 3 ਵਾਰੀ ਅੱਗੇ ਹੋ ਕੇ ਹਾਥੀ ਨੂੰ ਤੋਰਨ ਲਈ ਜ਼ੋਰ ਦਿੱਤਾ, ਪਰ ਹਾਥੀ ਕਬੀਰ ਜੀ ਨੂੰ ਮਾਰਨ ਦੀ ਬਜਾਏ ਸਗੋਂ ਉਹਨਾਂ ਨੂੰ ਨਮਸਕਾਰਾਂ ਕਰਦਾ ਰਿਹਾ। ਇਹ ਕੌਤਕ ਵੇਖ ਕੇ ਕਾਜੀ ਦਾ ਕਠੋਰ ਮਨ ਸਖਤੀ ਕਰਨ ਤੋਂ ਨਾ ਟਲਿਆ। ਉਸਨੇ ਸਮਝਿਆ ਕਿ ਕਬੀਰ ਜੀ ਕੋਲ ਜੰਤਰ ਮੰਤਰ ਹੈ, ਇਸਨੇ ਸ਼ਾਇਦ ਹਾਥੀ ਨੂੰ ਕੀਲ ਦਿੱਤਾ ਹੈ। ਪਰ ਕਬੀਰ ਜੀ ਆਖਦੇ ਹਨ, ਕਹਿ ਕਬੀਰਾ ਹਮਰਾ ਗੋਬਿੰਦ ਪਦਮੇ ਜਨਕੀ ਜਿੰਦ। ਪਰ ਸ਼ਾਹੀ ਕਾਜੀ ਬੜਾ ਕੱਟੜ ਸੀ, ਕਹਿੰਦੇ ਹਨ ਕਿ ਉਸਦੇ ਸੱਦੇ 'ਤੇ ਬਾਦਸ਼ਾਹ ਲੋਧੀ ਵੀ ਕਾਂਸੀ ਵਿੱਚ ਪੁੱਜਾ। ਇਹ ਹਾਲਤ ਵੇਖ ਕੇ ਉਹ ਬੜਾ ਹੈਰਾਨ ਹੋਇਆ, ਪਰ ਕਾਜੀ ਨੇ ਕਈ ਮਸਾਲੇ ਲਾਏ ਅਤੇ ਹੁਣ ਉਸਨੂੰ ਬਾਦਸ਼ਾਹ ਵੱਲੋਂ ਹੁਕਮ ਦਵਾ ਦਿੱਤਾ, ਇਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਦਰਿਆ ਵਿੱਚ ਡੋਬ ਦਿੱਤਾ ਜਾਏ। ਜੋ ਕਬੀਰ ਨੂੰ ਹੁਣ ਸੰਗਲਾਂ ਨਾਲ ਬੰਨ੍ਹ ਕੇ ਸਿਪਾਹੀ ਗੰਗਾ ਵੱਲ ਲੈ ਤੁਰੇ। ਵੇਖਣ ਵਾਲੀ ਅਤੇ ਬੇਉੜਕੀ ਭੀੜ ਨਾਲ ਹੀ ਪਿੱਛੇ ਪਿੱਛੇ ਤੁਰ ਪਈ। ਕਈਆਂ ਦੇ ਦਿਲ ਦਹਿਲ ਗਏ, ਕਈ ਕਬੀਰ ਜੀ ਦੇ ਨੇੜੇ ਗਏ ਅਤੇ ਚਿੰਤਾ ਪ੍ਰਗਟ ਕਰਕੇ ਉਹਨਾਂ ਨੂੰ ਡੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਬੀਰ ਜੀ ਨੇ ਕਿਹਾ, ਮਨ ਨਾ ਡਿੱਗੇ ਤਨ ਕਾਹੇ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਸੋ ਪ੍ਰਭੂ ਨੇ ਇਸ ਸਮੇਂ ਵੀ ਆਪਣੇ ਭਗਤੀ ਐਸੀ ਰੱਖਿਆ ਕੀਤੀ ਕਿ ਦੇਖਣ ਵਾਲੇ ਅਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਦੇ ਮੂੰਹ ਵਿੱਚ ਵੀ ਉਂਗਲਾਂ ਪਵਾ ਦਿੱਤੀਆਂ। ਜਿਉਂ ਹੀ ਗੰਗਾ ਦੀਆਂ ਲਹਿਰਾਂ ਵਿਚਕਾਰ ਲਿਜਾ ਕੇ ਕਬੀਰ ਜੀ ਨੂੰ ਸੁੱਟਿਆ ਤਾਂ ਗੰਗਾ ਨੇ, ਜੋ ਪ੍ਰਭੂ ਦੇ ਹੁਕਮ ਵਿੱਚ ਹੀ ਤਾਂ ਵਹਿ ਰਹੀ ਸੀ, ਉਹ ਭਲਾ ਕਿਵੇਂ ਡੁੱਬਦੀ? ਸਗੋਂ ਗੰਗਾ ਦੀਆਂ ਲਹਿਰਾਂ ਨੇ ਕਬੀਰ ਜੀ ਨੂੰ ਲਹਿਰਾਂ ਉੱਤੇ ਹਿਰਨ ਦੀ ਸੁੰਦਰ ਮਿਰਗ ਛਾਲਾ 'ਤੇ ਬਿਠਾ ਦਿੱਤਾ। ਸੰਗਲ ਵੀ ਲਹਿਰਾਂ ਨੇ ਤੋੜ ਦਿੱਤੇ। ਕਬੀਰ ਜੀ ਨੂੰ ਗੰਗਾ ਦੇ ਕੰਢੇ 'ਤੇ ਲਿਆ ਬਿਠਾਇਆ। ਬਸ ਫਿਰ ਕੀ ਸੀ, ਚਾਰੇ ਪਾਸੇ ਭਗਤ ਕਬੀਰ ਜੀ ਨੂੰ
ਨਮਸਕਾਰਾਂ ਹੋਣ ਲੱਗੀਆਂ ਅਤੇ ਕਾਜੀ ਅਤੇ ਉਸ ਦੇ ਮਹਾਂਹਿੱਤ ਮੂੰਹ ਜਿਹਾ ਲੈ ਕੇ ਵਾਪਸ ਮੁੜ ਗਏ। ਇਉਂ ਭਗਤ ਜੀ ਦੀ ਸ਼ੋਭਾ ਵੱਧਦੀ ਵੱਧਦੀ ਇੰਨੀ ਵੱਧ ਗਈ ਕਿ ਸਾਰੀ ਕਾਂਸ਼ੀ ਆਪ ਜੀ ਦੇ ਚਰਨਾਂ 'ਤੇ ਟਹਿ ਪਈ। ਰਾਮਾਨੰਦ ਜੀ ਆਪ ਜੀ ਦੇ ਸ਼ਿਸ਼ ਬਣੇ ਅਤੇ ਨਾਲ ਹੀ ਉਹਨਾਂ ਦੀ ਸ਼ੋਭਾ ਵੀ ਵੱਧ ਗਈ। ਗੁਰੂ ਨਾਲੋਂ ਚੇਲਾ ਵੱਧ ਗਿਆ ਹੈ। ਇਸ ਤਰ੍ਹਾਂ ਪ੍ਰਭੂ ਨੇ ਭਗਤ ਕਬੀਰ ਜੀ ਦੀ ਮਦਦ ਕੀਤੀ ਅਤੇ ਆਪ ਰੂਪ ਧਾਰ ਕੇ ਭਗਤ ਕਬੀਰ ਜੀ ਨੂੰ ਬਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।